ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੋਨੂ ਚਹਿਲ, ਚੜ੍ਹਦੇ ਪੰਜਾਬ ਦੇ ਰੰਗ ਤੋਂ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਸੁਨਾਮ, ਜਿਸ ਨੂੰ ਅੱਜ ਸ਼ਹੀਦ ਊਧਮ ਸਿੰਘ ਦੀ ਧਰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਔਰ ਇਸਦਾ ਜਿਹੜਾ ਨਾਮ ਹੈ ਉਹ ਵੀ ਚੇਂਜ ਹੋ ਚੁੱਕਿਆ, ਜਿਸ ਨੂੰ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਕਹਿੰਦੇ ਨੇ। ਦੋਸਤੋ, ਅਸੀਂ ਹਰ ਇੱਕ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਜਿਹੜੇ 1947 ਦੇ ਵਿੱਚ ਵੰਡ ਵੇਲੇ ਜਿਹੜੇ ਲੋਕ ਪਾਕਿਸਤਾਨ ਤੋਂ ਇੱਧਰ ਆਏ ਨੇ ਇੰਡੀਆ ਦੇ ਵਿੱਚ, ਉਹਨਾਂ ਕੋਲੋਂ ਉਹਨਾਂ ਦੇ ਉਹ ਹਾਲਾਤਾਂ ਬਾਰੇ ਵੀ ਉਹ ਕਿਵੇਂ ਆਏ, ਉਹਨਾਂ ਨੂੰ ਕੀ ਜਿਹੜੀਆਂ ਔਖ ਸੀ ਉਹ ਕੱਟਣੀ ਪਈ, ਉਹਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਅੱਜ ਆਪਾਂ ਬਾਪੂ ਜੀ ਕੋਲ ਪਹੁੰਚੇ ਹਾਂ, ਇਹਨਾਂ ਨਾਲ ਆਪਾਂ ਗੱਲ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਠੀਕ ਆ ਜੀ। ਬਾਪੂ ਜੀ, ਥੋੜ੍ਹਾ ਜਿਹਾ ਉੱਚੀ ਬੋਲਿਓ। ਅਤੇ ਬਾਪੂ ਜੀ, ਪਹਿਲਾਂ ਤੁਸੀਂ ਆਪਣਾ ਨਾਂ ਦੱਸੋ, ਕੀ ਹੈ? ਮੇਰਾ ਨਾਂ ਜੀ ਗੁਰਦੀਪ ਸਿੰਘ ਹੰਜਰਾ। ਅਤੇ ਸਨ ਆਫ ਸਰਦਾਰ ਊਧਮ ਸਿੰਘ। ਠੀਕ ਹੈ ਬਾਪੂ ਜੀ। ਤੁਸੀਂ ਕਿੰਨੇ ਭਰਾ ਸੀਗੇ ਜਦੋਂ ਉੱਥੋਂ ਪਾਕਿਸਤਾਨ ਤੋਂ ਆਏ ਹੋ ਤੁਸੀਂ? ਮੈਂ ਇਕੱਲੇ ਹੀ ਸਾਂ ਜੀ। ਤੁਸੀਂ ਇਕੱਲੇ ਭਾਈ ਹੋ? ਹਾਂ ਜੀ, ਇਕੱਲੇ ਸਾਂ ਜੀ। ਬਾਪੂ ਜੀ, ਉੱਥੇ ਜਿਹੜਾ ਤੁਸੀਂ ਜਦੋਂ ਪਾਕਿਸਤਾਨ ਤੋਂ ਆਏ ਹੋ, ਹਾਂ ਜੀ, ਤੁਹਾਡਾ ਉੱਥੇ ਕਿਹੜਾ ਪਿੰਡ ਸੀ ਅਤੇ ਤੁਹਾਡੀ ਉਮਰ ਉੱਥੇ ਕਿੰਨੀ ਸੀ? ਸਾਡਾ ਪਿੰਡ ਸੀ ਜੀ ਕੋਲੋਂ ਵਾਲਾ ਭਾਈ ਕੇ ਮਟਵਾਂ ਦੇ ਕੋਲ। ਠੀਕ ਹੈ ਜੀ। ਅਤੇ ਉਮਰ ਮੇਰੀ 6-7 ਸਾਲ ਦੀ ਹੈਗੀ ਸੀ ਜੀ। ਅੱਛਾ ਬਾਪੂ ਜੀ, ਉੱਥੇ ਜਿਹੜਾ ਤੁਹਾਡਾ ਪਿੰਡ ਸੀਗਾ, ਉਹਦੇ ਨਾਲ ਲੱਗਦੇ ਕੋਈ 2-4 ਪਿੰਡ ਜਿਹੜੇ ਤੁਹਾਨੂੰ ਯਾਦ ਹੋਣ, ਵੀ ਪਤਾ ਹੋਵੇ ਵੀ ਇਹ ਸਾਡੇ ਨਾਲ ਬੜੇ ਮਸ਼ਹੂਰ ਪਿੰਡ ਸੀ? ਸਾਡੇ ਪਿੰਡ ਨਾਲ ਸੀ ਲੀਲਾਂ, ਇੱਕ ਵੱਡਾ ਬੜਾ ਪਿੰਡ ਸੀ, ਉੱਥੋਂ ਦਾ ਜੈਲਦਾਰ ਸੀ। ਅੱਛਾ ਜੀ। ਅਤੇ ਬਾਕੀ ਮੇਰੂ ਪਿੰਡ ਸੀ, ਉੱਥੋਂ ਦੇ ਨੰਬਰਦਾਰ ਆਪਣਾ ਸਨ ਕਪੂਰ ਸਿੰਘ ਅਤੇ ਹਜੂਰ ਸਿੰਘ, ਅਤੇ ਨਾਲ ਲੱਗਦਾ ਸਾਡੇ ਕਾਮੂਕਾ ਪਿੰਡ ਸੀ, ਥਾਣਾ ਸਾਡਾ ਨਿਸ਼ਾਵਰਾ ਸੀ। ਅੱਛਾ ਜੀ। ਅਤੇ ਕਾਮੂਕੀ ਮੰਡੀ ਲੱਗਦੀ ਸੀ ਸਾਨੂੰ ਅਨਾਜ ਵੇਚਣ ਵਾਸਤੇ, ਅਤੇ ਇਮਨਾਬਾਦ ਸਾਹਿਬ ਜਿੱਥੇ ਰੋੜੀ ਸਾਹਿਬ ਦਾ ਮੇਲਾ ਲੱਗਦਾ, ਹਾਂਜੀ, ਉਹ ਸਾਡੇ ਬਿਲਕੁਲ ਨੇੜੇ ਸੀ, ਨਾਲ ਖਾਣ ਪਿਆਰਾ ਸੀ, 4 ਮਾਰੀਆਂ ਸਨ। ਅੱਛਾ ਜੀ। ਆਪਣੇ ਪੰਜਾਬੀਆਂ ਦੀਆਂ। ਅੱਛਾ। ਇੱਕ 4 ਮਾਰੀਆਂ ਸਨ ਨੇੜੇ ਸਾਡੇ। ਠੀਕ ਹੈ। ਅਤੇ ਬਾਕੀ ਭਗਵਾਨ ਨੇੜੇ ਸੀ ਸਾਡੇ, ਅਤੇ ਇਸ ਤਰ੍ਹਾਂ ਕਰਕੇ ਨੇੜੇ ਨੇੜੇ ਪਿੰਡ ਸਨ, ਅਤੇ ਸਾਡਾ ਬਹੁਤ ਪਿਆਰ ਸਿਹਾਬ ਨਾਲ ਸਾਡੀਆਂ ਰਿਸ਼ਤੇਦਾਰੀਆਂ ਸਨ। ਹਾਂਜੀ। ਅਤੇ ਬਾਪੂ ਜੀ, ਜਦੋਂ ਇਹ ਜਿਹੜੀ ਵੰਡ ਹੈ, ਜਦੋਂ ਇਹ ਵੰਡ ਦਾ ਰੌਲਾ ਪਿਆ, ਹਾਂਜੀ, ਤੁਹਾਨੂੰ ਉਦੋਂ ਪੂਰੀ ਸੁਰਤ ਹੋਣੀ? ਹਾਂ, ਸੁਰਤ ਸੀ ਜੀ ਮੈਨੂੰ। ਉੱਥੇ ਅਖਬਾਰਾਂ 'ਚ ਆਉਣ ਲੱਗ ਪਿਆ ਸੀ ਵੀ ਵੰਡ ਹੋ ਗਈ ਹੈ, ਅਤੇ ਇੱਕ ਮਾਮਾ ਜੀ ਮੇਰੇ ਗੁਜਰਾਂ ਵਾਲੇ ਤੋਂ ਆਏ, ਅਤੇ ਉਹਨਾਂ ਨੇ ਅਖਬਾਰ ਪੜ੍ਹਿਆ, ਅਤੇ ਸਾਡੇ ਕੋਲ ਮੱਝਾਂ ਢੱਗੇ ਬਹੁਤ ਸਨ। ਅੱਛਾ ਜੀ। ਅਤੇ ਉਹ ਬਾਪੂ ਜੀ ਨੂੰ ਆਖਣ ਲੱਗੇ ਵੀ ਹੱਦ ਵੱਜ ਗਈ ਹੈ, ਅਤੇ ਤੂੰ ਆਪਣਾ ਮੱਝੀ ਵੇਚ ਦੇ ਅਤੇ ਆਪਾਂ ਉੱਧਰ ਟੁੱਟ ਚੱਲੀਏ। ਅੱਛਾ। ਪਰ ਬਾਪੂ ਜੀ ਨੇ ਇਹ ਗੱਲ ਆਖੀ ਵੀ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਨੇ, ਪਰ ਪ੍ਰਜਾ ਨਹੀਂ ਕਦੀ ਬਦਲੀ। ਅੱਛਾ। ਇਸ ਵਾਰ ਕੇ ਵੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਅਸਾਂ ਮੁੜ ਕੇ ਉੱਧਰ ਜਾਣਾ ਹੀ ਨਹੀਂ। ਠੀਕ ਹੈ। ਅੱਛਾ, ਵੀ ਤੁਹਾਨੂੰ ਇਹ ਜਿਹੜਾ ਇਹ ਰੌਲਾ ਸੀਗਾ, ਇਹ ਸਾਰਾ ਤੁਹਾਨੂੰ ਅਖਬਾਰਾਂ ਦੇ ਥਰੂ ਤੁਹਾਨੂੰ ਪਤਾ? ਹਾਂ, ਪਤਾ ਲੱਗ ਗਿਆ ਸੀ ਜੀ। ਬਾਪੂ ਜੀ, ਇਹ ਦੱਸੋ ਤੁਹਾਡੇ ਪਿੰਡ ਕੋਈ ਗੁਰਦੁਆਰਾ ਤੇ ਜਦੋਂ ਆਪਣੇ ਸਿੱਖਾਂ ਦੇ ਘਰ ਹੋਣਗੇ ਤੇ ਗੁਰਦੁਆਰਾ ਵੀ ਹੋਗਾ, ਤੇ ਹੋਰ ਕਿਹੜੀਆਂ ਬਰਾਦਰੀਆਂ ਸਨ? ਗੁਰਦੁਆਰਾ ਸਾਨੂੰ ਭਾਈ ਕੇ ਮਟਵਾਂ ਲੱਗਦਾ ਸੀ, 6ਵੇਂ ਗੁਰਦੁਆਰੇ ਸਾਹਿਬ ਦਾ। ਅੱਛਾ ਜੀ। ਹਰ ਮਹੀਨੇ ਉੱਥੇ 7ਵੀਂ ਲੱਗਦੀ ਸੀ। ਅੱਛਾ ਜੀ। ਤੇ ਬਾਕੀ ਜਿਹੜੀ ਸਾਡੀ ਬਲਾਦਰੀ ਸੀ, ਅਸੀਂ ਸਾਰਾ ਪਿੰਡ ਦੇ ਮਾਲਕ ਸਾਂ 80 ਮਰਬਿਆਂ ਦੇ। ਅੱਛਾ ਜੀ। ਅੱਛਾ। ਤੇ ਹੋਰ ਸਾਡੇ ਜਿਹੜੇ ਕੰਮੀਕਾਰੀ ਸਨ ਉਹ ਸਨ, ਬਾਕੀ ਸਾਡਾ ਮੁਸਲਮਾਨ ਮਾਲਕ ਉੱਥੇ ਕੋਨੇ ਸੀ। ਅੱਛਾ। ਉਹ ਉਦਾਂ ਤੁਹਾਡੇ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਘਰ ਵੀ ਹੈਗੇ ਸੀ ਕੋਈ? ਨਾ ਜੀ, ਖੱਤਰੀਆਂ ਦੇ ਘਰ ਸਨ। ਖੱਤਰੀਆਂ ਦੇ ਘਰ? ਹਾਂ, ਉਹ ਆਪਣਾ ਖੱਤਰੀ ਸੌਦੇ ਦੀ ਦੁਕਾਨ ਕਰਦੇ ਸਨ। ਅੱਛਾ। ਤੇ ਜਾਂ ਆਪਣਾ ਨਾਂਝਾਂ ਦੇ ਘਰ ਸਨ। ਠੀਕ ਹੈ। ਹਾਂਜੀ। ਤੇ ਬਾਕੀ ਸਾਡਾ ਜਿਹੜਾ ਸੀ ਸਾਰਾ ਪਿੰਡ ਕਮੀਆਂ ਦਾ ਸੀ। ਅੱਛਾ। ਬਾਪੂ ਜੀ, ਤੁਸੀਂ ਦੱਸਿਆ ਵੀ ਸਾਡੇ ਪਿੰਡ ਜਿਹੜੇ ਖੱਤਰੀਆਂ ਦੇ ਘਰ ਵੀ ਸਨ। ਹਾਂਜੀ। ਤੇ ਬਾਪੂ, ਜਿਹੜੇ ਖੱਤਰੀ ਸਨ ਇਹ ਵੀ ਫਿਰ ਤੁਹਾਡੇ ਨਾਲ ਹੀ ਆ ਗਏ? ਹਾਂ, ਸਾਡੇ ਨਾਲ ਆ ਗਏ ਜੀ। ਇਹਨਾਂ ਦਾ ਕੋਈ ਨਾਂ ਤੁਹਾਨੂੰ, ਕੋਈ ਬੰਦੇ ਦਾ, ਬਜ਼ੁਰਗ ਦਾ ਕੋਈ ਨਾਂ ਤੁਸੀਂ ਜਾਣਦੇ ਹੋ? ਉਹ ਜੀ, ਫਿਰ ਸਾਡੇ ਜਦੋਂ ਅਸੀਂ ਉੱਥੋਂ ਨਿਕਲੇ ਹਾਂ, ਉਹ ਫਿਰ ਲੁਧਿਆਣੇ ਆ ਕੇ ਵੱਸ ਗਏ, ਉੱਥੇ ਉਹਨਾਂ ਨੇ ਆਪਣੀਆਂ ਦੁਕਾਨਾਂ ਕਰ। ਅੱਛਾ। ਉਹਨਾਂ ਦਾ ਕੋਈ ਤੁਹਾਨੂੰ ਨਾਂ ਯਾਦ ਹੈ? ਨਾਂ ਨਹੀਂ ਜੀ ਮੈਨੂੰ ਪਤਾ, ਵੈਸੇ ਨਾਮ ਮੈਂ ਭੁੱਲ ਗਿਆ, ਯਾਦ ਤਾਂ ਮੈਨੂੰ ਹੈਗਾ ਸੀ। ਅੱਛਾ। ਮੁਸਲਮਾਨਾਂ ਦੇ ਘਰ ਵੀ ਹੈਗੇ ਸੀ ਕੁਛ? ਨਹੀਂ, ਮੈਂ ਤੁਹਾਨੂੰ ਦੱਸਿਆ ਵੀ ਕਮੀਆਂ ਦੇ ਮਰਾਸੀਆਂ ਦੇ ਘਰ ਸਨ। ਅੱਛਾ। ਮਰਾਸੀ ਸੀ ਇੱਕ, ਉਹ ਸਾਡੀ ਵਡਾਈ ਕਰਾਉਂਦਾ ਹੁੰਦਾ ਸੀ। ਅੱਛਾ। ਸਾਰੇ ਪਿੰਡ ਦੀ, ਅੱਧੇ ਪਿੰਡ ਦੀ। ਠੀਕ ਹੈ। ਅਤੇ ਬਾਕੀ ਹੋਰ ਸਾਡੇ ਇੱਕ ਦਰਬੋਜੀ ਸੀ ਸਾਡੇ ਕੋਲ।
ਅੱਛਾ ਜੀ। ਇੱਕ ਸ਼ਾਹ ਰਾਮੇ ਦਾ ਮੇਲਾ ਲੱਗਦਾ ਸਾਡੇ ਕੋਲ 9 ਜੇਠ ਨੂੰ, ਹਫ਼ਤਾ ਭਰ ਰਹਿੰਦਾ ਸੀ ਉਹ। ਠੀਕ ਹੈ। ਇੱਕ ਸਾਡੇ ਕੋਲ ਨਹਿਰ ਲੰਘਦੀ ਸੀ ਜਿਹਦਾ ਸਾਰਾ ਪਾਣੀ ਸਾਨੂੰ ਨਹਿਰੀ ਲੱਗਦਾ ਸੀ। ਅੱਛਾ ਜੀ। ਅਤੇ ਮਤਲਬ ਕਿ ਉਹ ਨਹਿਰਾਂ ਹੁਣ 2 ਹੋ ਗਈਆਂ ਨੇ। ਠੀਕ ਹੈ। ਹਾਂਜੀ। ਅੱਛਾ ਬਾਪੂ ਜੀ, ਤੁਹਾਡੇ ਪਿੰਡ ਸਕੂਲ ਹੈਗਾ ਸੀ? ਸਕੂਲ ਨਹੀਂ ਸੀ ਜੀ, ਨਿਸ਼ੌਰੇ ਥਾਣੇ ਸਾਡਾ ਸਕੂਲ ਸੀ। ਅੱਛਾ ਜੀ। ਉੱਥੇ ਮੇਰੇ ਭਰਾ ਤਾਇਆ ਦੇ ਪੁੱਤਰ ਟਾਂਗੇ 'ਤੇ ਪੜ੍ਹਨ ਜਾਂਦੇ ਹੁੰਦੇ ਸਨ। ਠੀਕ ਹੈ। ਹਜ਼ੂਰ ਸਿੰਘ ਦੇ ਬੱਚੇ ਸਨ। ਤੁਸੀਂ ਵੀ ਗਏ ਹੋ ਕੁਛ ਚਿਰ ਪੜ੍ਹੇ ਹੋ? ਨਹੀਂ ਜੀ, ਮੈਂ ਤਾਂ ਉਦੋਂ ਸਿਰਫ 6-7 ਸਾਲ ਦੀ ਸਾਂ। ਠੀਕ ਹੈ ਜੀ। ਅੱਛਾ, ਤੁਹਾਡਾ ਜਿਵੇਂ 6-7 ਸਾਲ ਦੀ ਉਮਰ ਹੈ, ਤੁਹਾਡਾ ਉੱਥੇ ਕੋਈ ਦੋਸਤ ਮਿੱਤਰ ਜਿਹੜੇ ਮੁਸਲਮਾਨਾਂ ਦੇ ਵਿੱਚੋਂ ਜਿਹੜੇ ਉੱਥੇ ਰਹਿ ਗਏ ਹੁਣ, ਉਹਨਾਂ ਦਾ ਕੋਈ ਤੁਹਾਨੂੰ ਨਾਂ ਕਿਸੇ ਦਾ ਯਾਦ ਹੈ? ਉਹਦੇ ਉੱਥੇ ਜੀ 6-7 ਆਪਣਾ ਮਸਲੀ ਸਾਂ, ਰਾਜੂ ਤਾਜੂ 6 ਭਰਾ ਸਨ ਉਹ। ਅੱਛਾ, ਉਹਨਾਂ ਦੇ ਪਿਤਾ ਦਾ ਨਾਂ ਤੁਹਾਨੂੰ ਪਤਾ? ਉਹਨਾਂ ਦਾ ਪਿਤਾ ਦਾ ਨਾਂ ਨਹੀਂ ਪਤਾ, ਵੈਸੇ ਉਹ ਬੜੇ ਸ਼ਰੀਫ ਬੰਦੇ ਸਨ। ਅੱਛਾ ਜੀ। ਅਤੇ ਮਿਲਣਸਾਰ ਸਨ। ਠੀਕ ਹੈ। ਅਤੇ ਅਸੀਂ ਉਹਨੇ 1 ਮਰਬਾ ਜ਼ਮੀਨ ਦਿੱਤਾ ਸੀ ਵੀ ਤੁਸੀਂ ਚੋਰੀ ਚਾਰੀ ਨਹੀਂ ਕਰਨੀ। ਠੀਕ ਹੈ। ਅਤੇ ਤੁਸੀਂ ਆਪਣਾ ਕਮਾਓ ਅਤੇ ਖਾਓ। ਖਾਓ। ਹਾਂਜੀ। ਅੱਛਾ ਬਾਪੂ ਜੀ, ਇਹ ਦੱਸੋ, ਜਦੋਂ ਤੁਸੀਂ ਇਹ ਦੱਸਿਆ ਵੀ ਜਦੋਂ ਤੁਹਾਨੂੰ ਅਖਬਾਰਾਂ ਰਾਹੀਂ ਪਤਾ ਲੱਗ ਗਿਆ ਸੀਗਾ, ਜਦੋਂ ਤੁਸੀਂ ਉੱਥੋਂ ਆਉਣਾ ਸੀਗਾ, ਹਾਂਜੀ, ਤਾਂ ਤੁਹਾਡੇ ਬੜਾ ਸੁਣਦੇ ਹਾਂ ਵੀ ਜਿਹੜੀਆਂ ਉਸ ਟਾਈਮ ਦੇ ਵਿੱਚ ਬੜੀਆਂ ਮਾਰ ਕਟਾਈਆਂ, ਲੁੱਟਾਂ ਖੋਹਾਂ ਬਣੀਆਂ ਹੋਈਆਂ ਨੇ, ਅਤੇ ਤੁਹਾਡੇ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਵੇ? ਅਤੇ ਦੂਜੇ ਨੰਬਰ 'ਤੇ ਇਹ ਹੈ ਵੀ ਉੱਥੋਂ ਕਿਸੇ ਮੁਸਲਮਾਨ ਪਰਿਵਾਰ ਨੇ ਵੀ ਤੁਹਾਡੀ ਕੋਈ ਮਦਦ ਕੀਤੀ ਸੀ? ਹਾਂਜੀ, ਕੀਤੀ ਜੀ। ਅੱਛਾ। ਉਹ ਇਸ ਤਰ੍ਹਾਂ ਹੋਇਆ ਜੀ, ਅਸੀਂ ਜਾਂ 16 ਬੰਦੂਕਾਂ ਦਾ ਲਸੰਸ ਸਾਡੇ ਕੋਲ। ਅੱਛਾ ਜੀ। ਥਾਣੇਦਾਰ ਜਿਹੜਾ ਸੀ ਨਿਸ਼ਹਿਰੇ ਦਾ, ਉਹ ਮੁਸਲਮਾਨ ਸੀ। ਅੱਛਾ। ਉਹ ਸਾਨੂੰ ਦਿਨੇ ਆ ਕੇ ਕਰੇ ਵੀ ਤੁਸੀਂ ਜਾਣਾ ਨਹੀਂ, ਪਰਵਾਹ ਨਾ ਕਰੋ। ਠੀਕ ਹੈ। ਪਰ ਰਾਤ ਨੂੰ ਉਹਨਾਂ ਜਿਹੜੇ ਆਲੇ ਦੁਆਲੇ ਪਿੰਡਾਂ ਸਨ, ਉਹਨਾਂ ਨੂੰ ਆਖਦਾ ਵੀ ਇਹਨਾਂ ਸਿੱਖਾਂ ਦਾ ਬੱਚਾ ਨਹੀਂ ਬਚ ਕੇ ਜਾਣਾ ਚਾਹੀਦਾ। ਅੱਛਾ। ਉਹ ਰਾਤ ਨੂੰ ਜਦੋਂ ਮੁਸਲਮਾਨ ਪਏ ਸਾਨੂੰ, ਅਤੇ ਸਾਡਾ ਬਾਹਰਲੇ ਪਾਸੇ ਘਰ ਸੀ, ਉਹ ਜਦੋਂ ਪਤਾ ਲੱਗਾ ਮੁਸਲਮਾਨ ਪੈ ਗਏ ਨੇ ਸਾਡੇ ਮਗਰਲੇ ਪਾਸੇ, ਢੋਲ ਸੀ ਬਾਪੂ ਜੀ ਨੇ ਢੋਲ ਵਾਲੇ ਨੂੰ ਆ ਕੇ ਢੋਲ ਵਜਵਾਇਆ। ਉਸ ਰਾਤ ਸਾਰੀ ਰਾਤ ਬਾਰਿਸ਼ ਪੈਂਦੀ ਰਹੀ। ਅੱਛਾ। ਅਸੀਂ ਸਾਰਾ ਪਿੰਡ ਇੱਕ ਕੋਠੇ 'ਤੇ ਇਕੱਠੇ ਹੋ ਗਏ। ਠੀਕ ਹੈ। ਪਰ ਜਿਹੜੇ ਸਾਡੇ ਕਮੀਕਾਰੀ ਸਨ ਜਾਂ ਉਹ ਰਾਜੂ ਤਾਜੂ ਹਰੀ ਸਨ, ਉਹ ਆਖਣ ਕਿ ਸਰਦਾਰ ਜੀ ਪਰਵਾਹ ਨਾ ਕਰਿਆ ਜੇ। ਅੱਛਾ। ਜੇ ਕੁਝ ਤੁਹਾਨੂੰ ਮਾਰੇਗਾ ਪਹਿਲਾਂ ਸਾਨੂੰ ਮਾਰ ਕੇ ਮਾਰੇਗਾ। ਠੀਕ ਹੈ। ਪਰ ਸਾਨੂੰ ਕਿਸੇ ਨੇ ਕੁਛ ਨਹੀਂ ਆਖਿਆ। ਦਿਨ ਚੜ੍ਹਦੇ ਨੂੰ ਅਸੀਂ ਸਾਰੇ ਭਾਈ ਕੇ ਮਟਵਾਂ ਗੁਰਦੁਆਰੇ ਇਕੱਠੇ ਹੋ ਗਏ। ਅੱਛਾ। ਭਾਈ ਕੇ ਮਟਵਾਂ ਤੋਂ ਫਿਰ ਅੱਗੇ ਰਿਸ਼ਤੇਦਾਰਾਂ 'ਚ ਚੱਲਦੇ ਚੱਲਦੇ ਫਿਰ ਅਸੀਂ ਚੂੜਖਾਣੇ ਅੱਪੜ ਗਏ। ਅੱਛਾ। ਹਾਂਜੀ। ਜਦੋਂ ਤੁਸੀਂ ਉੱਥੋਂ ਫਿਰ ਪਿੰਡੋਂ, ਤੁਹਾਨੂੰ ਉਹ ਨਾਲ ਵੀ ਫਿਰ ਜਿਹੜੇ ਉਹ ਮੁਸਲਮਾਨ ਜਿਹੜੇ ਤੁਹਾਡੇ ਪਿੰਡ ਦੇ ਕੰਮੀ ਤੁਸੀਂ ਇਹਨੂੰ ਤੁਹਾਨੂੰ ਨਾਲ ਛੱਡਣ ਆਏ? ਹਾਂਜੀ, ਸਾਨੂੰ ਉਹ ਕੰਮ ਆਪਣਾ ਭਾਈ ਕੇ ਮਟਵਾਂ ਤੱਕ, ਮੈਨੂੰ ਮੇਰੀ ਮਾਤਾ ਨੂੰ, ਅੱਛਾ, ਸਾਰਿਆਂ ਨੂੰ ਉਹ ਫਿਰ ਨਾਲ ਛੱਡ ਕੇ ਗਏ। ਬਾਕੀ ਸਮਾਂ ਬਹੁਤ ਮਾੜਾ ਸੀ ਉਹ, ਜਿੰਨੇ ਬੰਦੇ ਨੇ ਦੇਖਿਆ ਹੋਵੇ ਉਹਦੇ, ਅੱਜ ਵੀ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਉਦੋਂ ਵੀ ਬੰਦੇ ਦੇ ਉਹਦੇ ਰੌਂਗਟੇ ਨੇ ਜਿਹੜੇ ਉਹ ਖੜ੍ਹੇ ਹੋ ਜਾਂਦੇ ਨੇ ਜਿੰਨੇ ਇਹ ਸਮਾਂ ਦੇਖਿਆ। ਹਾਂਜੀ। ਅਤੇ ਤੁਹਾਡੇ ਨਾਲ ਤਾਂ ਕੋਈ ਫਿਰ ਇਹੋ ਜਿਹੀ ਕੋਈ ਘਟਨਾ ਨਹੀਂ ਵਾਪਰੀ? ਨਾ ਜੀ, ਸਾਡੇ ਨਾਲ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ। ਇੱਕ ਘਟਨਾ ਜ਼ਰੂਰ ਵਾਪਰੀ ਸਾਡੇ ਨਾਲ, ਜਦੋਂ ਰਾਵੀ ਦਰਿਆ 'ਤੇ ਸਾਡੀ ਗੱਡੀ ਆਈ। ਅੱਛਾ। ਅਸੀਂ ਓਪਨ ਗੱਡੀ 'ਚ ਸਾਂ, ਤੇਰੇ 'ਚ ਮਾਲ ਗੱਡੀ 'ਚ। ਅੱਛਾ। ਇਹ ਹਰਜਾਦਾ ਸਾਰੇ ਪਿੰਡ ਜਿੰਨਾ ਵੀ ਸਨ ਉਹ ਸਾਰੇ ਉਸ ਗੱਡੀ 'ਚ ਸਵਾਰ ਸਾਂ ਅਸੀਂ। ਅੱਛਾ। ਉੱਥੇ ਫਿਰ ਜਿਹੜੇ ਆਪਣਾ ਪਾਕਿਸਤਾਨੀ ਪੁਲਿਸ ਸੀ ਉਹਨਾਂ ਨੇ ਸਾਡੇ ਹਥਿਆਰ ਖੋਲਿਆ ਸਾਰੇ। ਅੱਛਾ। ਹੋ ਕਿਤੇ ਨਦੀ 'ਚ ਰਾਵੀ ਸੁੱਟ ਦਿੱਤੇ। ਅੱਛਾ। ਉਹ ਤੋਂ ਬਾਅਦ ਅਸੀਂ ਲਾਹੌਰ ਆਏ ਰਾਤੀ 12-1 ਵਜੇ। ਅੱਛਾ। 12-1 ਵਜੇ ਉਹ ਬ੍ਰਿਜ ਦੇ ਥੱਲੇ ਡਰਾਈਵਰ ਸੀ ਮੁਸਲਮਾਨ, ਉਹਨੇ ਗੱਡੀ ਰੋਕ ਦਿੱਤੀ। ਅੱਛਾ। ਗੱਡੀ ਰੋਕ ਦਿੱਤੀ, 2 ਘੰਟੇ ਸਾਡੀ ਗੱਡੀ ਰੁਕੀ ਜੀ ਉੱਥੇ। ਅੱਛਾ। ਪਰ ਜਿਹੜਾ ਵੀ ਉੱਥੇ ਕੋਈ ਦੁਨੀਆ ਪਿਆਸੀ ਮਰੀ ਪਈ ਸੀ, ਪਾਣੀ ਨਹੀਂ ਸੀ ਲੱਭਦਾ, ਉੱਥੇ ਲਾਹੌਰ ਦੇ ਸਟੇਸ਼ਨ ਦੇ ਉੱਤੇ ਉਹ ਓਵਰ ਬ੍ਰਿਜ ਦੇ ਉੱਤੇ ਬੰਦੇ ਲੋਕ ਖੜ੍ਹੇ ਸਨ। ਉਹ ਬੜੇ ਅਤੈਸ਼ੀ ਸਨ ਬਈ ਸਿੱਖਾਂ ਨੂੰ ਜਾਣ ਨਹੀਂ ਦੇਣਾ। ਪਰ ਜਿਹੜਾ ਵੀ ਉੱਥੇ ਸਿੱਖ ਕੋਈ ਪਾਣੀ ਲੈਣ ਉਤਰਿਆ, ਜਾਂ ਤਾਂ ਉਹਨਾਂ ਨੇ ਪਾਣੀ 'ਚ ਜ਼ਹਿਰ ਪਾ ਦਿੱਤਾ, ਜਾਂ ਫਿਰ ਜਿਹੜਾ ਕੋਈ ਉਤਰਿਆ ਉਹਨੂੰ ਮੁੜ ਕੇ ਉਹਨਾਂ ਨੇ ਚੜ੍ਹਨ ਨਹੀਂ ਦਿੱਤਾ। ਅਤੇ ਬਾਕੀ ਵੈਸੇ ਧੀਆਂ ਪੀਆਂ ਦੀ ਬੇਅਦਬੀ ਨਹੀਂ ਹੋਈ ਸਾਡੀ। ਠੀਕ ਹੈ। ਉੱਥੋਂ ਫਿਰ ਉਸ ਤੋਂ ਬਾਅਦ ਫਿਰ ਇੱਕ ਅੰਗਰੇਜ਼ ਆਇਆ। ਅੱਛਾ। ਉਹਨੇ ਫਿਰ ਸਾਡੀ ਗੱਡੀ ਚਲਵਾਈ ਅਤੇ ਫਿਰ ਅਸੀਂ ਆਪਣਾ ਵਾਹਗਾ ਸਰਹੱਦ 'ਤੇ ਅੰਮ੍ਰਿਤਸਰ। ਅੱਛਾ। ਆਪਣੇ ਸਵੇਰੇ 5 ਵਜੇ। ਅੱਛਾ। ਫਿਰ ਜਦੋਂ ਤੁਸੀਂ ਅੰਮ੍ਰਿਤਸਰ ਆਏ, ਹਾਂ,
ਅਤੇ ਅੰਮ੍ਰਿਤਸਰ ਤੋਂ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਫਿਰ ਕਿਹੜੀ ਜਗ੍ਹਾ ਤੁਸੀਂ ਗਏ? ਤੁਹਾਨੂੰ ਕਿੰਨੇ ਦੱਸਿਆ ਵੀ ਤੁਸੀਂ ਫਲਾਣੀ ਜਗ੍ਹਾ ਜਾਓ ਜਾਂ ਫਲਾਣੀ ਰਿਆਸਤ 'ਚ ਜਾਓ? ਉਦੋਂ ਵੈਸੇ ਰਿਆਸਤਾਂ ਸੀਗੀਆਂ। ਹਾਂਜੀ, ਉਦੋਂ ਫਿਰ ਤੁਸੀਂ ਕਿਹੜੀ ਰਿਆਸਤ 'ਚ ਗਏ? ਅਸੀਂ ਉੱਥੋਂ ਅੰਮ੍ਰਿਤਸਰ ਤੋਂ ਗੱਡੀ ਫੜ ਕੇ ਜੀ ਅਸੀਂ ਆਏ ਪਟਿਆਲੇ। ਅੱਛਾ ਜੀ। ਸਾਡੇ ਪਟਿਆਲੇ ਕੈਂਪ ਲੱਗਾ ਸੀ। ਅੱਛਾ ਜੀ। ਅਸੀਂ ਪਟਿਆਲੇ 20 ਦਿਨ ਰਹੇ। ਠੀਕ ਹੈ। ਉੱਥੇ ਹੈਜਾ ਫੈਲ ਗਿਆ। ਅੱਛਾ। ਅਤੇ ਹੈਜਾ ਫੈਲਣ ਕਰਕੇ ਉੱਥੇ ਬਹੁਤ ਮੌਤਾਂ ਹੋਈਆਂ। ਉਹ ਜਿਹੜੇ ਪਿੱਛੋਂ ਗੱਡੀਆਂ 'ਤੇ ਆਏ ਉਹਨਾਂ ਦੇ ਕੈਂਪ ਲੱਗੇ ਸਨ। ਇੱਕ ਤਾਂ ਕੁਲਛੇਤਰ ਲੱਗਾ ਸੀ। ਅੱਛਾ ਜੀ। ਸਾਡੇ ਪੰਜਾਬੀਆਂ ਦਾ ਅਤੇ ਚੰਗੀਆਂ ਦਾ ਲੱਗੇ ਹਾਂ ਰੋਹਤਕ। ਠੀਕ ਹੈ। ਜਿਹੜੇ ਫਿਰ ਪਿੱਛੋਂ ਗੱਡੀਆਂ ਆਏ ਪੰਜਾਬੀ ਸਾਡੇ, ਉਹ ਸਿੱਧੇ ਆਪਣਾ ਕੁਲਛੇਤਰ ਕੈਂਪ 'ਚ ਕਰਨਾਲ ਅੱਪੜ ਗਏ। ਠੀਕ ਹੈ। ਅਸੀਂ ਤਾਂ ਫਿਰ ਪਟਿਆਲੇ ਤੋਂ ਹੀ ਇੱਧਰ ਜਿਹੜੇ ਸੰਗਰੂਰ 'ਚ ਸੁਨਾਮ ਆ ਗਏ। ਅੱਛਾ। ਇਹ ਤਾਂ ਸਾਡੀ ਅਲਾਟਮੈਂਟ ਹੋ ਗਈ, ਪਹਿਲਾਂ ਲੌਂਗੋਵਾਲ ਹੋਈ ਅਤੇ ਫਿਰ ਇੱਥੇ ਸ਼ੁਰੂ ਤੋਂ ਲਾ ਕੇ ਇੱਥੇ ਸੁਨਾਮ ਹੀ 70 ਸਾਲ ਹੋ ਗਏ ਨੇ ਸਾਨੂੰ ਬੈਠਿਆਂ ਨੂੰ। ਬਾਪੂ ਜੀ, ਤੁਹਾਡੀ ਇੱਕ ਮੈਂ ਵਿੱਚੋਂ ਗੱਲ ਸੁਣੀ ਹੈ, ਵਿੱਚੋਂ ਤੁਸੀਂ ਜਦੋਂ ਬੋਲ ਰਹੇ ਸੀਗੇ ਵੀ ਸਾਡੇ ਕੋਲ 80-85 ਜਿਹੜੇ ਮੁਰੱਬੇ ਸਨ, ਹਾਂ, ਉਹ ਸਾਡੇ ਕੋਲ ਉੱਥੇ ਪੈਲੀ ਸੀ। ਹਾਂਜੀ। ਇਹ ਜਿਹੜੇ ਜਿੰਨੇ ਵੀ ਸਿੱਖ ਭਰਾ ਉੱਧਰੋਂ ਇੱਧਰ ਆਏ ਨੇ, ਉਹਨਾਂ ਨੂੰ ਇਹ ਬਹੁਤ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਨੁਕਸਾਨ ਹੈ, ਜਿਹੜਾ ਉਹਨਾਂ ਨੂੰ ਅਸਲ ਜਿਹੜਾ ਸੰਤਾਪ ਝੱਲਣਾ ਪਿਆ, ਉਹ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦਾ ਝੱਲਣਾ ਪਿਆ। ਹਾਂਜੀ। ਅਤੇ ਜਿਵੇਂ ਤੁਸੀਂ ਕਹਿੰਦੇ ਸਾਡੇ ਕੋਲ 80 ਮੁਰੱਬੇ ਸੀ, ਤੁਹਾਨੂੰ ਇੱਥੇ ਕਿੰਨੇ ਮੁਰੱਬੇ ਮਿਲੇ? ਇੱਥੇ ਜੀ ਇਹ ਜਿਹੜੀ ਸਾਨੂੰ ਨਾ 1 ਰੁਪਈਏ ਦੀ ਕੀਮਤ ਪੈ ਕੇ ਆਈ ਸੀ ਉੱਧਰੋਂ। ਅੱਛਾ। 1 ਕਿੱਲੇ ਦੀ। ਅੱਛਾ ਜੀ। ਜੇ ਜਿਹੜਾ ਸਾਡਾ ਪੈਪਸੀ ਸੀ, ਹਾਂਜੀ, ਇਹ ਸਾਰਾ ਨਿਕਾਸੀ ਏਰੀਆ ਸੀ। ਅੱਛਾ। ਇੱਥੇ ਖੂਹ ਸਨ, ਸਿੰਚਾਈ ਏਰੀਆ ਸੀ। ਠੀਕ ਹੈ। ਇੱਥੇ ਸਾਨੂੰ ਅੱਧੀ ਜ਼ਮੀਨ 'ਤੇ ਪਈ 2 ਰੁਪਈਏ ਵਾਲੀ। ਅੱਛਾ ਜੀ। ਅੱਧੀ ਪਈ 98 ਵਾਲੀ, ਅਤੇ ਸਾਨੂੰ 99% ਕੱਟ ਲੱਗ ਗਈ। 99% ਕੱਟ ਲੱਗ ਗਿਆ? 1% ਹੀ ਮਿਲਿਆ? ਹਾਂ, ਅਤੇ 3% ਮਿਲਿਆ, ਹਾਂ, 1% ਮਿਲਿਆ ਸਾਨੂੰ। ਠੀਕ ਹੈ। ਹਾਂਜੀ। ਯਾਨੀ ਕਿ 100 ਕਿੱਲੇ ਦੇ ਵਿੱਚੋਂ ਤੁਹਾਨੂੰ 1 ਕਿੱਲਾ ਹੀ ਮਿਲਿਆ? 1 ਕਿੱਲਾ ਮਿਲਿਆ। ਇਹ ਤਾਂ ਫਿਰ ਬਹੁਤ ਜਿਹੜਾ ਸਭ ਤੋਂ ਵੱਡਾ ਸੰਤਾਪ ਹੈ ਤੁਹਾਨੂੰ ਇਹ ਝੱਲਣਾ ਪਿਆ। ਸਭ ਤੋਂ ਵੱਡਾ ਇਹ ਝੱਲਣਾ ਪਿਆ। ਬਾਕੀ ਜਿਹੜੇ ਸਾਡੇ ਅਗਰ ਕੁਲਛੇਤਰ ਕਰਨਾਲ ਅੱਪੜ ਗਏ, ਹਾਂਜੀ, ਉੱਥੇ ਮੁਸਲਮਾਨਾਂ ਦਾ ਜੰਗਲ ਸੀ। ਅੱਛਾ। ਉਹ 94 'ਚ ਸੀ। ਠੀਕ ਹੈ। ਅਤੇ ਉਹਨਾਂ ਦੀਆਂ ਲੋਕਾਂ ਦੇ ਉਹਨਾਂ ਦੇ ਜ਼ਮੀਨਾਂ ਪਿਛਲੀਆਂ ਪੂਰੀਆਂ ਹੋ ਗਈਆਂ, ਪਰ ਜਿਹੜੇ ਅਸੀਂ ਪੈਪਸ ਵਿੱਚ ਬਹਿ ਗਏ ਸਾਡਾ ਜ਼ਮੀਨ ਦਾ ਬਹੁਤ ਨੁਕਸਾਨ ਹੋਇਆ। ਠੀਕ ਹੈ। ਕੋਈ ਬਾਪੂ ਜੀ ਹੋਰ ਤੁਸੀਂ ਦੱਸੋ, ਜਿਵੇਂ ਤੁਸੀਂ ਉੱਥੇ ਪਾਕਿਸਤਾਨ ਦੇ ਵਿੱਚ ਸੀਗੇ, ਅਤੇ ਤੁਹਾਨੂੰ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ? ਨਹੀਂ ਜੀ, ਦਿੱਕਤ ਦਾ ਸਾਡਾ ਕੋਈ ਨਹੀਂ ਸੀ। ਸਾਡਾ ਮੁਸਲਮਾਨਾਂ ਭਰਾਵਾਂ ਨਾਲ, ਧੀਆਂ ਭੈਣਾਂ ਦੀ ਸਾਂਝ ਸੀ। ਅੱਛਾ ਜੀ। ਬੜਾ ਪਿਆਰ ਸੀ, ਇੱਕ ਦੂਜੇ ਵਿਆਹਾਂ ਢੰਗਾਂ 'ਚ ਵਰਤਦੇ ਸਾਂ। ਠੀਕ ਹੈ। ਹਾਂਜੀ। ਜਿਵੇਂ ਤੁਹਾਡਾ ਜਨਮ ਉੱਧਰ ਦਾ, ਕਈ ਵਾਰੀ ਤੁਹਾਡੇ ਦਿਲ ਦੇ ਵਿੱਚ ਅੱਜ ਵੀ ਤਾਂ ਗਾਉਂਦੀ ਹੋਣੀ ਵੀ ਅਸੀਂ ਆਪਣਾ ਘਰ ਵੇਖੀਏ ਜਾ ਕੇ, ਆਪਣੇ ਪਿੰਡ ਜਾਈਏ? ਹਾਂਜੀ। ਅਤੇ ਜਿਹੜਾ ਕੋਈ ਤੁਹਾਡਾ ਆਪਣਾ, ਕਈ ਵਾਰੀ ਉੱਥੇ ਆਪਣੇ ਸਿੱਖ ਭਰਾ ਵੀ ਨੇ ਜਿਹੜੇ ਮੁਸਲਮਾਨ ਬਣ ਗਏ? ਹਾਂਜੀ। ਉਹਨਾਂ ਨੂੰ ਵੀ ਸਾਡਾ ਮਿਲਣ ਜੀ ਕਰਦਾ ਹੋਵੇ? ਸ਼ਹਿਰ ਤੋਂ ਪੁਲਿਸ ਜੀ ਸਾਡਾ ਨਹਿਰੇ ਨਹਿਰ ਆਉਂਦਾ ਸੀ। ਅੱਛਾ ਜੀ। ਸਾਡਾ ਬਾਹਰਲੇ ਪਾਸੇ ਘਰ ਸੀ, ਸਾਡੇ ਸ਼ਹਿਰ ਵਿਚਾਲੇ ਖੂਹੀ ਸੀ ਸਾਡੀ 4 ਘਰਾਂ ਦੇ, ਅਤੇ ਉੱਥੋਂ ਅਸੀਂ ਕਮੀ ਝੂਰ ਪਾਣੀ ਭਰ ਕੇ ਜਾਂਦੇ ਹੁੰਦੇ ਸਨ। ਅੱਛਾ। ਬਾਕੀ ਜਿਹੜਾ ਸਾਡਾ ਸੀ ਦਾਣਾ ਫੱਕਾ, ਇਹ ਉਦੋਂ ਘੁਮਿਆਰ ਹੁੰਦੇ ਸਨ। ਅੱਛਾ ਜੀ। ਉੱਤੋਂ ਦੀ ਕੋਠੇ ਤੋਂ ਛੱਤ ਪਾੜ ਕੇ ਅਤੇ ਦਾਣਾ ਭਰਦੇ ਹੁੰਦੇ ਸਨ। ਅੱਛਾ। ਉਹ ਫਿਰ ਖੋਤਿਆਂ ਦੇ ਵਿੱਚ ਜਦੋਂ ਅਸੀਂ ਵੇਚਣੀ ਹੁੰਦੀ ਸੀ ਕੰਮ, ਕੋਈ ਮੰਡੀ ਕਣਕ, ਅੱਛਾ, ਉਹ ਫਿਰ ਭਰ ਕੇ ਲੈ ਜਾਂਦੇ ਸਨ ਅਤੇ ਵੇਚ ਕੇ ਅਤੇ ਸਾਨੂੰ ਪੈਸੇ ਲੈ ਦਿੰਦੇ ਸਨ। ਠੀਕ ਹੈ। ਯਾਨੀ ਕਿ ਲੋਕਾਂ ਨਾਲ ਜਿਹੜੇ ਉੱਧਰ ਸਾਂਝ ਹੈ ਸਾਰੇ? ਹਾਂਜੀ ਹਾਂ। ਲੋਕਾਂ ਨਾਲ ਪੂਰੀ। ਜਦੋਂ ਤੁਸੀਂ ਉੱਧਰੋਂ ਇੱਧਰ ਆ ਗਏ, ਜਦੋਂ ਤੁਸੀਂ ਇੱਥੇ ਸੁਨਾਮ ਆ ਗਏ, ਹਾਂਜੀ, ਤੁਹਾਨੂੰ ਜਿਹੜੇ ਇੱਥੇ, ਜਿਵੇਂ ਇੱਥੇ ਵੀ ਲੋਕ, ਇੱਥੋਂ ਵੀ ਵੈਸੇ ਮੁਸਲਮਾਨ ਬਹੁਤ ਸੀ ਜਿਹੜਾ ਸੁਨਾਮ ਦੇ ਵਿੱਚੋਂ ਵੀ, ਹਾਂਜੀ ਹਾਂਜੀ, ਉੱਠ ਕੇ ਗਿਆ ਸੀ? ਹਾਂਜੀ ਹਾਂਜੀ। ਕੋਈ ਤੁਹਾਡੀ ਉਹਨਾਂ ਨਾਲ ਵੀ ਕਿਸੇ ਨਾਲ ਕੋਈ ਥੋੜ੍ਹੀ ਬਹੁਤੀ ਗੱਲ ਹੋਈ ਸੀ ਵੀ ਜੇ ਅਸੀਂ ਵੀ ਭਾਈ ਸੁਨਾਮ ਤੋਂ ਗਏ ਹਾਂ ਉੱਠ ਕੇ, ਜਾਂ ਨਹੀਂ ਹੋਈ ਕਿਸੇ ਨਾਲ? ਨਹੀਂ ਜੀ, ਸਾਡਾ ਕਿਸੇ ਨਾਲ ਸੰਪਰਕ ਨਹੀਂ ਹੋਇਆ। ਵੈਸੇ ਸਾਡੇ ਪਿੰਡ ਰਾਜਪੂਤ ਬੈਠੇ ਹਨ। ਅੱਛਾ। ਜਿਹੜਾ ਇੱਕ ਮੇਲੂ ਦਾ ਆਪਣਾ ਥਾਣੇਦਾਰ ਹੈ, ਆਪਣਾ ਉਹ ਸਾਡਾ ਰਿਸ਼ਤੇਦਾਰ ਹੈ। ਅੱਛਾ। ਮੇਲੂ ਵਾਲਿਆਂ ਦਾ। ਅੱਛਾ। ਅਤੇ ਉਹਦੇ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਆਪਣਾ ਫੋਨ 'ਤੇ ਵੀ। ਉਹਨਾਂ ਦਾ ਤੁਸੀਂ ਨਾਂ ਦੱਸੋ, ਉਹਨਾਂ ਦਾ ਕੀ ਨਾਂ ਹੈ ਤੁਹਾਨੂੰ ਪਤਾ, ਯਾਦ ਹੈ? ਉਹਨਾਂ ਨਾਂ ਥੋੜ੍ਹਾ ਜਿਹਾ ਮੇਰੇ ਮੂੰਹ 'ਚ ਫਿਰਦਾ ਪਿਆ। ਵੈਸੇ 2 ਭਰਾ ਨੇ। ਅੱਛਾ। ਉਹ ਕਿਹੜੇ ਪਿੰਡ ਦੇ ਨੇ? ਤੁਹਾਡੇ ਪਿੰਡ ਦੇ? ਮੇਲੂ ਦੇ ਨੇ ਜੀ। ਮੇਲੂ ਦੇ। ਅੱਛਾ। ਹਾਂ, ਮੇਲੂ ਵਾਲੇ ਕਪੂਰ ਸਿੰਘ ਅਤੇ ਆਪਣਾ ਹਜੂਰ ਸਿੰਘ ਦੇ ਉਹ ਆਪਣਾ ਗੋਤੀ ਭਰਾ ਨੇ। ਹਾਂਜੀ। ਉਹ ਸ਼ੁਰੂ ਤੋਂ ਲੈ ਕੇ ਉੱਥੇ ਮੁਸਲਮਾਨ ਹੋ ਗਏ ਨੇ। ਉਹ 10-15 ਮੁਰੱਬਿਆਂ ਦੇ ਮਾਲਕ ਨੇ ਉੱਥੇ। ਅੱਛਾ। ਉਹ ਜਾਣੀ ਕਿ ਉਹ ਉੱਥੋਂ ਦੇ ਲੋਕਲ ਮੁਸਲਮਾਨ ਨੇ ਕਿ ਇੱਥੋਂ ਆਪਣੇ ਸਿੱਖ ਸੀ ਜਿਹੜੇ ਮੁਸਲਮਾਨ ਬਣੇ ਨੇ? ਨਹੀਂ ਜੀ, ਉਹ ਉੱਥੋਂ ਦੇ ਲੋਕਲ ਹੀ। ਅੱਛਾ। ਆਪਣਾ ਵਿਰਕ ਨੇ ਅਤੇ ਉਹ ਮੁਸਲਮਾਨ ਹੋ ਗਏ। ਅੱਛਾ। ਲੋਕਲ ਵਿਰਕ ਨੇ ਜਿਹੜੇ, ਉਹਨਾਂ ਦੀ ਜਿਹੜੀ ਆਪਣਾ ਦੀ ਬਰਾਦਰੀ ਅੱਜ ਇੱਧਰ ਆ ਗਈ ਹੈ। ਠੀਕ ਹੈ। ਅਤੇ ਇੱਕ ਲੀਲਾਂ ਦਾ ਜੈਲਦਾਰ ਸੀ। ਅੱਛਾ। ਉਹ ਅੱਗੇ ਟੁਰ ਗਿਆ, ਉਹ ਅੱਧ ਦਾ ਮਾਲਕ ਸੀ ਲੀਲਾਂ ਦਾ। ਅੱਛਾ। ਹਾਂਜੀ।
ਇਹ ਜਿਹੜੇ ਪਿੰਡ ਤੁਸੀਂ ਦੱਸੇ ਨੇ ਤੁਹਾਡੇ ਪਿੰਡ ਦੇ ਨਾਲ? ਹਾਂਜੀ, ਇਹ 10-12 ਕਿਲੋਮੀਟਰ ਤੇ ਸਨ। ਠੀਕ ਹੈ ਬਾਪੂ। ਹਾਂਜੀ, ਤੇ ਫਿਰ ਤੁਸੀਂ ਇੱਥੇ ਵੀ ਆ ਕੇ ਜਿਵੇਂ ਤੁਸੀਂ ਜ਼ਮੀਨਾਂ ਤੁਹਾਨੂੰ ਬਿਲਕੁਲ ਸਾਫ ਮਿਲ ਗਈਆਂ ਸੀ ਕਿ ਜੰਗਲ ਜੁੰਗਲ ਬਣਾਇਆ ਸਾਰਾ? ਨਾ ਜੀ, ਇੱਥੇ ਜ਼ਮੀਨ ਜ਼ਿਆਦਾ ਕਲਰ ਸੀ। ਅੱਛਾ। ਤੇ ਨਹਿਰੀ ਪਾਣੀ ਸੀ, ਬਾਕੀ ਜਿਹੜਾ ਇੱਥੇ ਕਮੋਹ ਭਾਈਚਾਰਾ ਇਹਨਾਂ ਨੇ। ਤੁਸੀਂ ਇਹ ਫਿਰ ਜ਼ਮੀਨਾਂ ਤੁਸੀਂ ਆਪ ਆਬਾਦ ਕੀਤੀਆਂ ਨੇ ਕਿ ਤੁਹਾਨੂੰ ਆਬਾਦ ਹੋਈਆਂ ਮਿਲ ਗਈਆਂ? ਕੁਛ ਆਬਾਦ ਹੋਈਆਂ ਮਿਲ ਗਈਆਂ ਜੀ। ਅੱਛਾ ਜੀ। ਕੁਛ ਸਾਨੂੰ ਆਬਾਦ ਕਰਨੀਆਂ ਪਈਆਂ। ਇਹ ਜਿਹੜਾ ਕਮੋਹ ਭਾਈਚਾਰਾ ਸੁਨਾਮ ਦੇ ਵਿੱਚ, ਹਾਂਜੀ ਹਾਂ, ਇਹ ਸਾਰਾ ਬੇਜ਼ਮੀਨਾ ਸੀ। ਅੱਛਾ। ਇਹਨਾਂ ਨੇ ਜ਼ਮੀਨਾਂ ਫਿਰ ਸਾਡੀਆਂ ਬਟਾਈ ਦੇ ਵਾਹੀਆਂ। ਅੱਛਾ। ਸਾਨੂੰ ਇਹ ਤ੍ਰਿਜੇ ਸੀ ਦੀ ਬਟਾਈ ਦਿੰਦੇ ਸਨ। ਠੀਕ ਹੈ। ਅਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜੇ ਅਸੀਂ ਉੱਧਰੋਂ ਭੁੱਖੇ ਥੜਕੇ ਆਏ, ਕਈਆਂ ਨੇ ਮਜ਼ਦੂਰੀ ਕੀਤੀ, ਕਈਆਂ ਨੇ ਕੁਛ ਕੀਤਾ। ਅੱਛਾ। ਜਿਵੇਂ ਵੀ ਕਿਸੇ ਦਾ ਪੈਸਾ ਟੈਗਾ ਵੇਚ ਕੇ, ਜਿਹਨਾਂ ਸਜ਼ਾਰੀਆਂ ਕੀਤੀਆਂ ਹਨ, ਅੱਛਾ, ਉਹਨਾਂ ਨੇ ਆਪਣਾ ਗੁਜ਼ਾਰਾ ਜਿਵੇਂ ਹੋਇਆ ਕੀਤਾ, ਡਿਪੂਆਂ ਤੋਂ ਰਾਸ਼ਨ ਲੈ ਕੇ ਖਾਧਾ। ਅੱਛਾ। ਬਹੁਤ 6 ਮਹੀਨੇ ਤੰਗੀਆਂ ਕੱਟੀਆਂ। ਅੱਛਾ ਬਾਪੂ ਜੀ, ਤੁਸੀਂ ਮੈਨੂੰ ਇਹ ਦੱਸੋ ਇੱਕ ਗੱਲ, ਬਹੁਤ ਜਿਹੜੀ ਮੁੱਖ ਗੱਲ ਇਹ ਹੈ ਵੀ ਜਿਹੜੀ ਸਭ ਤੋਂ ਜ਼ਰੂਰੀ ਲੋਕ ਸਭ ਨੂੰ ਸੁਣਨ ਵਾਸਤੇ ਜਿਹੜੀ ਗੱਲ ਹੈ, ਹਾਂਜੀ, ਇਹ ਬਹੁਤ ਜ਼ਰੂਰੀ ਗੱਲ ਹੈ। ਹਾਂਜੀ ਬਾਪੂ, ਜਦੋਂ ਤੁਸੀਂ ਇੱਧਰ ਆਏ ਸੀ, ਹਾਂਜੀ, ਤੁਹਾਡੀ ਜਿਵੇਂ ਸਾਰੇ ਕਹਿੰਦੇ ਵੀ ਇਹ ਪਟਿਆਲਾ ਰਿਆਸਤ ਵੱਸਦੀ ਸੀ, ਹਾਂਜੀ ਹਾਂਜੀ, ਇਹ ਜਿਵੇਂ ਪਟਿਆਲੇ ਰਿਆਸਤ ਦੇ ਵਿੱਚੋਂ ਵੀ ਤੁਹਾਡਾ ਕਿਸੇ ਨੇ ਤੁਹਾਡੀ ਇੱਧਰ ਤੋਂ ਮਦਦ ਕੀਤੀ ਤੁਹਾਨੂੰ? ਹਾਂਜੀ, ਉਦੋਂ ਮਹਾਰਾਜਾ ਭੁਪਿੰਦਰ ਸਿੰਘ ਦਾ ਪੁੱਤਰ ਸੀ ਸਰਦਾਰ ਰਜਿੰਦਰ ਸਿੰਘ। ਅੱਛਾ। ਉਹਨੇ ਜਦੋਂ ਅਸੀਂ ਆਏ ਪੰਜਾਬੀ, ਜਦੋਂ ਕੈਂਪ ਲੱਗਾ ਸਾਡਾ ਪਟਿਆਲੇ, ਅੱਛਾ, ਉਹਨਾਂ ਨੇ 1 ਮਹੀਨਾ ਸਾਡੀ ਬਹੁਤ ਸੇਵਾ ਕੀਤੀ ਉੱਥੇ। ਅੱਛਾ। ਜੋ ਵੀ ਮਹਾਰਾਜਾ ਪਟਿਆਲੇ ਦੀ ਸਾਨੂੰ ਖਾਨਦਾਨ ਨੂੰ ਮਿਲਦਾ ਸੀ, ਉਹ ਮਹਾਰਾਜਾ ਪਟਿਆਲਾ ਮੁਹੱਈਆ ਕਰਾਉਂਦਾ ਸੀ। ਅੱਛਾ। ਮਹਾਰਾਜਾ ਪਟਿਆਲੇ ਦੀ ਇਹ ਸਾਰੀ ਰਿਆਸਤ ਸੀ ਤੁਹਾਡਾ, ਉਹ ਯਾਨੀ ਕਿ ਉਸ ਮਹਾਰਾਜਾ, ਤੁਸੀਂ ਕੀ ਨਾਂ ਦੱਸਿਆ ਉਹਨਾਂ ਦਾ? ਸਰਦਾਰ ਰਜਿੰਦਰ ਸਿੰਘ। ਅੱਛਾ, ਰਜਾਰ ਰਜਿੰਦਰ ਸਿੰਘ। ਹਾਂਜੀ, ਆਹ ਕੈਪਟਨ ਸਾਹਿਬ ਦਾ ਪਿਤਾ ਸੀ ਉਹ। ਅੱਛਾ, ਕੈਪਟਨ ਸਾਹਿਬ ਦਾ ਪਿਤਾ ਸੀ। ਹਾਂਜੀ, ਕੈਪਟਨ ਸਾਹਿਬ ਦਾ ਪਿਤਾ ਸੀ ਉਹ। ਠੀਕ ਹੈ। ਜਿਹੜੇ ਅੱਜ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਪਿਤਾ ਸੀ। ਉਹਨਾਂ ਦੇ ਪਿਤਾ। ਅੱਛਾ, ਵੀ ਉਹਨਾਂ ਨੇ ਤੁਹਾਡੀ ਬਹੁਤ ਮਦਦ ਕੀਤੀ ਇੱਧਰ, ਉਹਨਾਂ ਨੇ ਫਿਰ ਲੋਕਾਂ ਨੂੰ ਉਹ ਆਪ ਆ ਕੇ ਵੀ ਮਿਲੇ ਨੇ, ਮਿਲਦੇ ਰਹੇ? ਹਾਂਜੀ, ਮਿਲਦੇ ਰਹੇ ਸਾਡੇ ਬਜ਼ੁਰਗਾਂ ਨੂੰ। ਅੱਛਾ। ਵੀ ਜੇ ਕੋਈ ਸੇਵਾ ਹੋਵੇ ਤਾਂ ਦੱਸੋ। ਫਿਰ ਜਦੋਂ ਹੈਜ਼ਾ ਫੈਲ ਗਿਆ, ਉਹਨਾਂ ਨੇ ਡਾਕਟਰੀ ਲੈਵਲ 'ਤੇ ਸਾਡੀ ਬਹੁਤ ਇੱਜ਼ਤ ਆਪਣਾ ਸੇਵਾ ਕੀਤੀ। ਅੱਛਾ। ਹਾਂਜੀ। ਅਤੇ ਵੀ ਤਾਂ ਹੁਣ ਤੁਸੀਂ ਬਾਪੂ ਜੀ ਇਹ ਦੱਸੋ, ਹੁਣ ਤੁਸੀਂ ਇਸ ਟਾਈਮ ਸੁਨਾਮ ਦੇ ਵਿੱਚ ਸੁਨਾਮ ਦੀ ਧਰਤੀ 'ਤੇ ਬੈਠੇ ਹੋ, ਬੜੀ ਪੀਰਾਂ ਫਕੀਰਾਂ 'ਤੇ, ਹਾਂਜੀ, ਸ਼ਹੀਦਾਂ ਦੀ ਧਰਤੀ ਹੈ ਤੁਸੀਂ, ਅੱਜ ਦਾ ਜਿਹੜਾ ਤੁਹਾਡਾ ਰਹਿਣ ਗੁਜ਼ਾਰਾ ਹੈ, ਅੱਜ ਦਾ ਜਿਹੜਾ ਜੀਵਨ ਹੈ, ਇਹ ਜਿਹੜੀ ਆਪਣੀ ਲਾਸਟ ਗੱਲਬਾਤ ਇਹੀ ਹੈ ਵੀ ਅੱਜ ਦਾ ਜਿਹੜਾ ਰਹਿਣ ਤੁਹਾਡਾ ਰਹਿਣ ਸਹਿਣ ਹੈ, ਅਤੇ ਤੁਹਾਡਾ ਇਹ ਅੱਜ ਕਿਵੇਂ ਦਾ ਚੱਲਦਾ? ਵੇਖੋ ਜੀ, ਇਹ ਜਿਹੜਾ ਸਾਡਾ ਸੁਨਾਮ ਹੈ, ਹਾਂਜੀ, ਇਹਨੂੰ ਆਲੇ ਦੁਆਲੇ ਮੁਸਲਮਾਨ ਜਾਂ ਕੁਛ ਪਾਕਿਸਤਾਨ ਮੁਸਲਿਮ ਭਾਈ ਵੀ, ਅੱਛਾ ਜੀ, ਜਿਹੜੇ ਸੁਨਾਮ ਦੇ ਆਲੇ ਦੁਆਲੇ ਸਨ, ਠੀਕ ਹੈ, ਇੱਥੇ ਪੀਰ ਬਨਾ ਬਨੋਈ ਪੀਰ ਹੈ, ਠੀਕ ਹੈ, ਉਹ 7 ਭਰਾ ਨੇ। ਅੱਛਾ। ਉਹ ਵਿਸਾਖੀ ਵਾਲੇ ਦਿਨ ਬੜਾ ਮੇਲਾ ਲੱਗਦਾ ਸੀ ਇੱਥੇ। ਅੱਛਾ ਜੀ। ਅਤੇ ਸਾਡੇ ਆਉਂਦਿਆਂ ਵੀ ਆਇਆਂ ਵੀ ਇੱਕ ਦੁਆਰੀ ਲੱਗਾ। ਅੱਛਾ। ਪਰ ਹੁਣ ਵੀ ਅੱਜ ਵੀ ਲੱਗਦਾ ਉਹ। ਹਾਂ, ਪੀਰ ਬਾਬਾ ਬਨਾ ਬਨੋਈ ਤੇ ਅੱਜ ਵੀ ਬੜਾ ਤਾਂ। ਹਾਂ, ਬੜਾ ਮੇਲਾ ਲੱਗਦਾ ਵਿਸਾਖੀ ਨੂੰ, 6-7 ਦਿਨ ਆਉਂਦਾ। ਅੱਛਾ। ਮਲੇਟ ਕੋਲ ਆਲੇ ਦੁਆਲੇ ਦੇ ਜੋ ਮੁਸਲਮਾਨ ਬਰਾਦਰੀ ਹੈ, ਅੱਛਾ, ਸਾਰੀ ਨਮਸਤਕ ਹੁੰਦੀ ਹੈ ਇੱਥੇ ਆ ਕੇ। ਠੀਕ ਹੈ। ਇੱਕ ਇਹਦੇ ਬਾਬਾ ਭਾਈ ਮੂਲ ਚੰਦ ਨੇ, ਅੱਛਾ ਜੀ, ਉਹ ਬਾਬੇ ਆਪਣਾ ਗੁਰੂ ਨਾਨਕ ਦੇ ਚੇਲੇ ਸਨ। ਅੱਛਾ ਜੀ। ਉਹਨਾਂ ਦੀ ਸਮਾਧ ਇੱਥੇ। ਠੀਕ ਹੈ। ਅਤੇ ਇੱਥੇ ਉੱਥੇ ਬਹੁਤ ਮੇਲਾ ਲੱਗਦਾ ਹੈ ਆਏ ਐਤਵਾਰ ਨੂੰ। ਅੱਛਾ ਜੀ। ਬਾਕੀ ਜਿਹੜਾ ਸਾਡਾ ਕਮੋਹ ਭਾਈਚਾਰਾ ਜਾਂ ਆਪਣਾ ਦੂਜੀ ਹਿੰਦੂ ਬਰਾਦਰੀ ਹੈ, ਸਾਡਾ ਸਾਰੇ ਬਹੁਤ ਪਿਆਰ ਨਾਲ ਰਹਿੰਦੇ ਹਾਂ ਅਸੀਂ, ਅਤੇ ਸਾਰਿਆਂ ਦਾ ਜਾਣੀ ਆਪ 'ਚ ਵਧੀਆ ਬਹੁਤ ਪਿਆਰ ਹੈ, ਜਿੰਨੇ ਵੀ ਧਰਮ ਨੇ, ਹਾਂਜੀ, ਉਹਨਾਂ ਦਾ ਸਾਰਿਆਂ ਦਾ ਰਲ ਮਿਲ ਕੇ ਉਹ ਸਤਿਕਾਰ ਕਰਦੇ ਨੇ ਸਾਰੇ। ਬਾਕੀ ਰਹਿਣ ਗੁਜ਼ਾਰਾ ਉੱਧਰ ਜਿਵੇਂ ਜਿਵੇਂ ਟਾਈਮ ਪਏ, ਉਸ ਤਰ੍ਹਾਂ ਅੱਜ ਬਹੁਤ ਅੱਛੇ ਵਸਨੇ ਆਪਾਂ। ਠੀਕ ਹੈ। ਗੁਰੂ ਨਾਨਕ ਨੇ ਬਹੁਤ ਕਿਰਪਾ, ਸਭ ਰਿਸ਼ਤੇਦਾਰ ਜਿੰਨੇ ਵੀ ਹੈਣ, ਠੀਕ ਹੈ, ਕੋਈ ਕਦੇ ਕੋਈ ਮਾੜਾ, ਸਾਡਾ ਇਲਾਕਾ ਜਿਹੜਾ ਹੈ ਬਹੁਤ ਪੀਸਫੁਲ ਇਲਾਕਾ, ਬਿਲਕੁਲ ਸ਼ਾਂਤ ਇਲਾਕਾ, ਕੋਈ ਰੌਲਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਝਗੜਾ ਨਹੀਂ। ਠੀਕ ਹੈ। ਕੋਈ ਜਿਹੜੇ ਸਾਡੇ ਆਲੇ ਦੁਆਲੇ ਮਲਵਈਆਂ ਦੇ ਪਿੰਡ ਨੇ, ਜਿਖੇਪੁਰ ਹੋ ਗਿਆ, ਬੱਖੀ ਵਾਲਾ ਹੋ ਗਿਆ, ਗਰਾਂ ਹੋ ਗਏ, ਨੀਲੋ ਵਾਲਾ ਹੋ ਗਿਆ, ਕਾਸੀ ਵਾਲਾ ਹੋ ਗਿਆ, ਇਹ ਤੁਹਾਡੇ ਨਾਲ ਲੱਗਦੇ ਨੇ, ਇਹ ਸਾਡੇ ਨਾਲ ਲੱਗਦੇ ਨੇ, ਤੋਲੋ ਵਾਲਾ ਹੋ ਗਿਆ, ਇਹ ਤੋਂ ਲਖਮੀਰ ਵਾਲਾ ਹੋ ਗਿਆ, ਭਰੂਰ ਜਿਹੜਾ ਭਰੂਰ ਤੇ ਲਖਮੀਰ ਵਾਲਾ ਹੈ, ਇਹ ਲੋਕਲ ਮੁਸਲਮਾਨਾਂ ਦੇ ਪਿੰਡ ਸਨ। ਤੇ ਅੱਜ ਉੱਥੇ ਪਿੰਡ ਉਬਾਲ ਵੀ ਹੈਗਾ, ਉਬਾਲ ਵੀ ਹੈਗਾ, ਉੱਥੇ ਵੀ ਬੜੇ ਚੰਗੇ ਨੇ, ਢੀਂਡਸਾ ਸਾਹਿਬ ਦਾ ਜਾਤੀ ਪਿੰਡ ਹੈ, ਸੁਖਦੇਵ ਸਿੰਘ ਢੀਂਡਸੇ ਦਾ ਬੁਆ ਜਾਤੀ ਪਿੰਡ ਹੈ, ਠੀਕ ਹੈ, ਇਹਦੀ ਬਲਾਦਰੀ ਭਰਾ ਨੇ ਉੱਥੇ, ਠੀਕ ਹੈ, ਤੇ ਬਾਕੀ ਜਿਹੜਾ ਸੰਗਰੂਰ ਹੈ, ਹਾਂਜੀ, ਉੱਥੇ ਬਨਸਰ ਬਾਗ, ਇੱਥੋਂ ਦਾ ਵੀ ਰਾਜਾ ਹੀਰਾ ਸਿੰਘ ਬਹੁਤ ਵਧੀਆ ਹੋਇਆ,
ਠੀਕ ਹੈ ਹਾਂਜੀ। ਬਾਕੀ ਨਾਭੇ ਦੀ ਰਾਸ਼ਟਰ ਬਹੁਤ ਪੀਸਫੁਲ ਹੈ। ਠੀਕ ਹੈ, ਜਿਹੜੇ ਤੁਹਾਡੇ ਨੇੜੇ ਪਿੰਡ ਨੇ ਜਿਵੇਂ ਹਾਂਜੀ ਜਿਵੇਂ ਬਾਪੂ ਜੀ ਦੱਸ ਰਹੇ ਨੇ ਵੀ ਸਾਡੇ ਨੇੜੇ ਪਿੰਡ ਨੇ ਜਿਵੇਂ ਉੱਭਾਲ ਹੋ ਗਿਆ, ਇਧਰਲੇ ਸਾਈਡ ਤੇ ਖੜਿਆਲ ਹੋ ਗਿਆ, ਇਹ ਲਖਵੀਰ ਵਾਲਾ ਹੋ ਗਿਆ, ਭਰੂਰ ਹੋ ਗਿਆ, ਇੱਥੋਂ ਵੀ ਮੁਸਲਮਾਨ ਭਰਾ ਨੇ ਜਿਹੜੇ ਉੱਠ ਕੇ ਉਹ ਪਾਕਿਸਤਾਨ 'ਚ ਚਲੇ ਗਏ ਨੇ। ਅਤੇ ਬਾਪੂ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬੜੀਆਂ ਵਧੀਆ ਗੱਲਾਂ ਵਿੱਚੋਂ ਬੜੀਆਂ ਵਧੀਆ ਗੱਲਾਂ ਨੇ ਜਿਹੜੀਆਂ ਨਿਕਲੀਆਂ ਨੇ, ਤੇ ਕੁਛ ਗੱਲਾਂ ਨੇ ਜਿਹੜੀਆਂ ਉਹ ਦਿਲ ਨੂੰ ਚੁੱਭਦੀਆਂ ਵੀ ਨੇ ਆਪਾਂ ਨੂੰ, ਪਰ ਮਨ ਬੜਾ ਕਰਦਾ ਜੀ ਜਾਣ ਨੂੰ ਵੀ ਆਹ ਸਰਕਾਰਾਂ ਵੀਜ਼ਾ ਨਹੀਂ ਦਿੰਦੀਆਂ ਸਾਨੂੰ। ਬਾਪੂ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਰਿਹਾ, ਹਾਂਜੀ ਹਾਂਜੀ, ਤੁਸੀਂ ਸਰਕਾਰ ਨੂੰ ਇਹ ਵੀ ਅਪੀਲ ਕਰ ਸਕਦੇ ਹੋ ਵੀ ਜਿੰਨੇ ਧਾਰਮਿਕ ਸਥਾਨ ਨੇ ਜਾਂ ਜਿਹੜੀਆਂ ਸਾਡੇ ਜਿਹੜੇ ਅਸੀਂ ਆਪਣੇ ਘਰ ਬਾਰ ਛੱਡ ਕੇ ਆਏ ਹਾਂ, ਸਾਨੂੰ ਉਹਨਾਂ ਨੂੰ ਵੀ ਦੇਖਣ ਦਾ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ। ਬਿਲਕੁਲ ਦੇਣਾ ਚਾਹੀਦਾ ਜੀ, ਦੇਖੋ ਆ ਸਿੱਧੂ ਸਾਹਿਬ ਨੇ ਹਾਂਜੀ ਬੜੀ ਪਹਿਲਕਦਮੀ ਕੀਤੀ ਹੈ ਔਰ ਉਹਨਾਂ ਦੀ ਬੜੀ ਪ੍ਰਸ਼ੰਸਾ ਹੁੰਦੀ ਹੈ ਭਾਈ। ਠੀਕ ਹੈ, ਅਤੇ ਕੁਝ ਜਿਹੜੇ ਵਿਰੋਧ ਨੇ ਵਿਰੋਧ ਕਰਨ ਵਾਲੇ ਤਾਂ ਮੁੜਦੇ ਹੀ ਨਹੀਂ। ਇਹ ਤਾਂ ਹੈ ਜੀ, ਚਲੋ ਇਹ ਆਪਾਂ ਇਹ ਗੱਲ ਜਿਹੜੇ ਮੁੱਦਾ ਆਪਾਂ ਨਹੀਂ ਛੇੜਨਾ ਵੀ, ਜਾਣੀ ਕਿ ਤੁਹਾਡਾ ਤੁਸੀਂ ਸਰਕਾਰ ਨੂੰ ਇਹ ਅਪੀਲ ਜ਼ਰੂਰ ਕਰੋਗੇ ਵੀ ਸਾਨੂੰ ਇਹਦਾ ਆਪਣਾ ਜਨਮ ਭੂਮੀ ਹੈ ਜਿਹੜੀ ਉਹਦਾ ਵੀ ਦੇਖਣ ਦਾ ਮੌਕਾ, ਦੇਖਣ ਦਾ ਮੌਕਾ ਜਿਵੇਂ ਕਰਤਾਰ ਸਾਹਿਬ ਦਾ ਲਾਂਘਾ ਹੈ, ਹਾਂਜੀ ਉੱਥੇ ਜਿਹੜੇ ਜਾਂਦੇ ਹਾਂ ਸਾਨੂੰ ਅਗਾਂਹ ਪਾਕਿਸਤਾਨ ਆਪਣੇ ਜੱਦੀ ਵੇਖਣ ਦਾ ਟਾਈਮ ਮੌਕਾ ਮਿਲਣਾ ਚਾਹੀਦਾ, ਆਪਣੇ ਜੱਦੀ ਘਰ ਦੇਖਣ ਦਾ ਵੀ ਸਾਨੂੰ ਮੌਕਾ ਮਿਲਣਾ ਚਾਹੀਦਾ ਦੇਣਾ। ਠੀਕ ਹੈ ਬਾਪੂ ਜੀ, ਸਤਿ ਸ਼੍ਰੀ ਅਕਾਲ, ਬੜੇ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਦੋਸਤੋ ਤੁਹਾਨੂੰ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ।